ਸਤਿ ਸ੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਜੌਗੂਰੂ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੀਆਰਟੀਸੀ ਮੁਲਾਜ਼ਮਾਂ ਪਨਵਸ ਦੇ ਮੁਲਾਜ਼ਮ ਨੇ ਜਿਹੜੇ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂ ਹੈ ਜੀ ਸਰਕਾਰ ਨੇ ਉਹਨਾਂ ਦਾ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਕੀ ਐਲਾਨ ਕਰਿਆ ਜੀ ਉਹ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਆਪਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਣ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਪੰਨ ਵਾਸਤੇ ਪੀਆਰਟੀਸੀ ਜਿਹੜੀ ਹੜਤਾਲ ਸੀ ਜੀ ਉਹ ਖਤਮ ਹੋ ਚੁੱਕੀ ਹੈ ਤੇ ਜਿਹੜੀ ਸਰਕਾਰੂ ਬੱਸਾਂ ਨੇ ਜੀ ਉਹ ਹੁਣ ਸਟਾਰਟ ਹੋ ਚੁੱਕੀਆਂ ਨੇ ਜੀ ਅੱਜ ਤੋਂ ਮਤਲਬ 16 ਤਰੀਕ ਤੋਂ ਠੀਕ ਹੈ ਜੀ ਤੇ ਜਿਹੜੀ ਇਹਨਾਂ ਦੀ ਹੜਤਾਲਤੀ ਵਰਕਰਾਂ ਦੀ ਚੱਲ ਰਹੀ ਸੀ ਜੀ ਉਹ 10 ਦਿਨਾਂ ਤੋਂ ਚੱਲ ਰਹੀ ਸੀ ਜੀ ਠੀਕ ਹੈ ਜੀ ਤੇ ਹੁਣ ਜਿਹੜਾ ਬ੍ਰਾਮ ਮਿਲ ਚੁੱਕਿਆ ਉਹਨਾਂ ਦੀ ਮੰਗਾਂ ਮੰਨਣ ਵਾਸਤੇ ਸਰਕਾਰ ਨੇ ਮੋੜ ਲਗਾ ਦਿੱਤੀ ਹੈ ਕੀ ਸੀ ਇਹ ਮੰਗਾਂ ਦੀ ਤੁਹਾਨੂੰ ਉਹ ਵੀ ਦਿਖਾ ਦਿੰਦੇ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਕੀ ਸੀ ਜੀ ਮੰਗਾਂ ਉਹਨਾਂ ਦੀਆਂ ਉਹਨਾਂ ਨੇ ਪੱਕਾ ਕਰਨ ਜਿਹੜੇ ਪੱਕੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰਨ ਵਾਸਤੇ ਠੀਕ ਹੈ ਜਿਹਨਾਂ ਨੇ ਮੰਗਾ ਸੀ ਜਿਹੜੀਆਂ ਹੁਣ ਸਰਕਾਰ ਨੇ ਮੰਨ ਲਈਆਂ ਨੇ ਠੀਕ ਹੈ ਜੀ ਤਾਂ ਬਹੁਤ ਖੁਸ਼ੀ ਦੀ ਲਹਿਰ ਜੇ ਤੁਹਾਨੂੰ ਖਬਰ ਡਿਟੇਲ ਦੇ ਵਿੱਚ ਪੜਨੀ ਆ ਸਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਗਿਆ ਉੱਥੇ ਜਾ ਕੇ ਤੁਸੀਂ ਪੜ ਸਕਦੇ ਹੋ ਤੇ ਬਰਤ ਬਰਤ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ